ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸਰਾਏ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਮਿੰਟੂ ਭਾਅ ਜੀ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਝਾਂ ਅਤੇ 1 ਗਾਂ ਤੁਹਾਨੂੰ ਦਿਖਾਵਾਂਗੇ, ਅਤੇ ਗੱਲਬਾਤ ਤੁਹਾਨੂੰ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਕੀ ਹਾਲ ਜੋ? ਵਧੀਆ ਵਧੀਆ, ਤੁਸੀਂ ਦੱਸੋ। ਠੀਕ ਹੈ, ਠੀਕ ਹੈ। ਅੱਜ ਵੀ ਰੇਟ ਜਾਇਜ਼ ਜੀ ਆਪਣੇ, ਤੁਹਾਨੂੰ ਪਤਾ ਦੇ। ਠੀਕ ਹੈ, ਹਾਂਜੀ ਹਾਂਜੀ, ਪਹਿਲਾਂ ਜਾਇਜ਼ ਹੁੰਦੇ, ਕੁਛ ਬਾਅਦ ਚੋਂ ਕਰਾ ਲਈਦੇ, ਆਪ ਕਰ ਦਿੰਦੇ। ਤੇ ਚਲੋ ਨਾਮ ਦੱਸ ਦੋ ਫਿਰ ਇੱਕ ਵਾਰੀ। ਨਾਮ ਜੀ ਮਿੰਟੂ ਸਿੰਘ ਜੋ, ਹਾਂਜੀ, ਪਿੰਡ ਸਰਾਏ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਜੀ। ਫੋਨ ਨੰਬਰ ਵੀ ਬੋਲਦੇ ਇੱਕ ਵਾਰੀ, 9147-99325। ਠੀਕ ਹੈ, ਹਾਂਜੀ। ਸ਼ੁਰੂਆਤ ਫਿਰ ਤਾਜ਼ੀ ਸੋਈ ਝੋਟੀ ਤੋਂ ਕਰ ਲਈਏ, ਕਰ ਲਓ ਇਹਦੇ ਨੰਬਰ ਤੇ। ਬੱਚਾ ਕੀ ਜੇ ਤੇ ਮਗਰ ਕੱਟੀ ਜੇ ਉਹਦੇ ਮਗਰ ਹਾਂ ਕੱਟੀ ਜੇ ਜੇ ਤਾਜ਼ੀ ਕੱਟੀ ਆ, ਹਾਂਜੀ। ਇਹ ਨੂੰ 7-7 ਦਿਨ ਜੋ ਸੂਈ ਨੂੰ, ਠੀਕ ਆ, ਤੇ 7 ਕਿਲੋ ਜੋ ਬੋਲਾ ਲਾ ਲੇ, ਭਾਵੇਂ ਮੇਰਾ ਵੀਰ ਦੁੱਧ ਲਾ ਲੇ ਤਿਆਰ, ਜਿਹੜਾ ਮੌਕੇ ਤੇ, ਹਾਂਜੀ ਜਿਹੜਾ ਮੌਕੇ ਤੇ ਤਿਆਰ, ਕੋ ਚੋਗ ਖੜੇ ਦੋ ਨਾਲ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? 2-3 ਕਿਲੋ ਤਾਂ ਵਾਜੂ ਆਰਾਮ ਨਾਲ, ਜੇ ਮੈਲਾ ਮੂਲਾ ਮੈਂ ਮਤਲਬ 9-10 ਕਿਲੋ ਜਿਹੜਾ ਦੇਈ ਜਾਊ, 9-10 ਕਿਲੋ ਆਰਾਮ ਨਾਲ ਦੇਈ ਜਾਣਾ। ਤੋਰੋ ਫਿਰ ਇੱਕ ਵਾਰੀ, ਦੂਜਾ ਸਵਾਜ ਹੋਏ। ਠੀਕ ਹੈ ਜੀ, ਹਾਂਜੀ। ਆ ਕੀ ਆ ਵੀ, ਕੱਦ ਕਾਠ ਦੀ ਚੰਗੀ ਆ, ਕੀ ਆ ਚੰਗੀ ਆ, ਥੋੜੀ ਸਾਂਭੀ ਥੋੜੀ ਘਟ ਕੇ ਵੀਰ ਨੇ, ਬਾਕੀ ਆ ਦੁੱਧ ਆ ਵੀ ਸਾਂ ਸੁਣ ਕੇ ਕੁਝ ਬੜਾ ਚੰਗਾ ਲੱਗਾ। ਤੇ ਥਣ ਥਣ ਵੀਰ ਜੀ ਓਕੇ ਜੇ ਸਾਰੇ? ਥਣ ਵੀਰ ਜੀ ਓਕੇ ਨੇ, ਪਰਲਾ ਜਿਹੜਾ ਥਣ ਨਹੀਂ ਆ, ਹਾਂਜੀ, ਉਹਨੂੰ ਭਾਲ ਜੋ ਮਾੜੀ ਜੀ। ਠੀਕ ਆ, ਹਾਂਜੀ, ਆਖੇ ਇਹਨੂੰ ਮਾੜੀ ਜਿਹੀ ਉਰਲੇ ਨੂੰ ਵੀ, ਹਾਂਜੀ ਹਾਂਜੀ, ਉਰਲੇ ਨੂੰ ਥੋੜੀ ਵੱਧ ਆ, ਠੀਕ ਆ, 7-7 ਦੇ ਸੂਈ ਨੂੰ, ਠੀਕ ਆ, ਬਾਕੀ ਝੋਟੀ ਦੁੱਧ ਵਾਲੀ ਵੇਖੋ, ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ, ਹਾਂਜੀ ਹਾਂਜੀ, ਹਾਂ ਇਹ ਆ ਵੀ ਸੂਈ ਸਵਾਈ ਆ, ਕੋਈ ਵੀਰ ਆਪਣੀ 2 ਟਾਈਮ ਚੋ ਕੇ ਲੈ ਜਾਣਾ, ਕਰਕੇ ਖੜੇ, ਬਾਕੀ ਚੋਣ ਚ ਨਾ ਕੋ ਫਰਕ ਹੋ। ਠੀਕ ਆ, ਚੋਣ ਬਰਾਬਰ, ਭਾਵੇਂ ਅਲੱਗ ਅਲੱਗ ਭਾਂਡੇ ਚ ਕੋ ਚੋਗ ਵੇਖ ਲੈ। ਠੀਕ ਆ, ਹਾਂਜੀ ਹਾਂਜੀ, ਉਹ ਭਾਲ ਕਰਕੇ ਥੋੜਾ ਭਾਰਾ ਰੱਖਾਉਂਦੀ ਥਣ। ਤੇ ਕਿੰਨਾ ਫਿਰ ਮੁੱਲ ਇਹਦਾ? ਇੱਕੋ ਗੱਲ ਕਰ ਦਈਏ, ਬਿਲਕੁਲ ਫਿਰ ਜਿਆਦਾ ਨਾ ਨੁਕਸਾਨ ਕਰਾਂਗੇ, ਨਹੀਂ ਜਿਆਦਾ ਨਹੀਂ ਕਰਦੇ, ਇੱਕੋ ਗੱਲ 2000 ਘੱਟ ਕਰਦੇ, 2 ਛੱਡ ਦਈਏ, ਕਾਚੋ ਚੜਾਈ ਜਾਂਦੇ ਜੋ, 2 ਛੱਡ ਦਈਏ 60 ਚੋਂ, ਨਹੀਂ ਜਿਆਦਾ ਨਾ, ਇਸ ਤਰ੍ਹਾਂ ਤੁਸੀਂ ਚਬਾਈਦਾ ਨਹੀਂ ਤਾਂ ਫਰਕ ਹੋ ਜਾਏ, ਨਹੀਂ ਨਹੀਂ ਜਾਨ ਤਾਂ 58,000 ਦੀ ਹੋ ਜਾਊਗੀ। ਚਲੋ ਵੇਖ ਲਓ ਜੀ, ਚਲੋ ਠੀਕ ਆ, 58,000 ਦੀ ਜਿਹੜੀ ਵੀਰ ਜੀ ਨੇ ਕਹਿੰਦੇ ਕਿ ਦੇ ਦੇਵਾਂਗੇ। ਤੇ ਹੁਣ ਇਹ ਆ ਵੀ ਚਲੋ ਕੱਦ ਕਾਠ ਚੰਗਾ ਵਾ, ਸੋਹਣੇ ਕੱਦ ਕਾਠ ਦੀ ਆ, ਤੇ ਤਾਜ਼ੀ ਸੂਈ ਮਗਰ ਕੱਟੀ ਵੀ ਚੰਗੀ, ਅੱਗੋ ਪਿੱਛੋ ਵੇਖੋ ਮੂੰਹ ਸਿਰ ਕਿੱਡਾ ਸੋਹਣਾ ਵਾ, ਹਾਂਜੀ ਹਾਂਜੀ, ਲੰਬਾਈ ਲੰਬੀ ਵੇਖੋ ਝੋਟੀ ਦੀ ਕਿੰਨੀ ਕੱਦ ਪੂਰਾ। ਠੀਕ ਆ, ਹਾਂਜੀ, ਤੇ ਹੁਣ ਇੱਕ ਆ ਤੁਹਾਡੇ ਮਗਰ ਜੇ ਝੋਟੀ ਇਹ ਵੀ ਚੰਗੀ ਸੋਹਣੀ ਆ, ਹਾਂਜੀ, ਇਹ ਤੀਜਾ ਸਵਾਜ ਮੈਂ। ਠੀਕ ਆ, ਹਾਂਜੀ, ਤੇ ਕਿੰਨੇ ਕੁ ਦੁੱਧ ਵਾਲੀ ਆ?
ਖੋਲੋ ਹਾਂ ਫਿਰ ਤੋਰੀ ਤੋਰ ਦੋ ਫਿਰ ਇਹਨੂੰ ਬਾਕੀ ਇਹ ਵੀ ਦਿਨ ਜੇ ਦੋ ਚਾਰ ਲੈ ਜੂਗੀ ਹਫਤੇ ਦੇ ਲਾਗੇ ਬਣੇ ਤੇ ਜੋ 80% ਨੀਲੀ ਦੀ ਹੈ ਮੈਂ ਠੀਕ ਹੈ ਹਾਂਜੀ ਚੰਗੀ ਭਾਰੀ ਮੱਝ ਆ ਕੱਦ ਕਾਠ ਵੀ ਚੰਗਾ ਵਾ ਠੀਕ ਹੈ ਜੀ ਚਲੋ ਸਾਂਭੀ ਸੁੰਭੀ ਚੰਗੀ ਆ ਕਿਸੇ ਵੀ ਸਾਰਾ ਹਵਾਨਾ ਜੀ ਇਹਨੇ ਭਰਨਾ ਹੈ ਛੋਟੀ ਹੱਥ ਚ ਮੁੜਦੀ ਨੀ ਆ ਵੇਖੋ ਹਾਂਜੀ ਮੁੜ ਲੱਗੇ ਤੇ ਫਿਰ ਬੈਗ ਤਾਰਨੀ ਪਈ ਸਾਨੂੰ ਠੀਕ ਆ ਲੰਬਾਈ ਇੰਨੀ ਮੈਂ ਦੇਖੀ ਤੇ ਇਹਦਾ ਫਿਰ ਮੁੱਲ ਮੁੱਲ ਵੇਖ ਲਓ ਮੈਂ ਦੇ ਹਿਸਾਬ ਨਾਲ ਜੀ ਕਰਦਾ 90,000 ਕਰ ਲਈਏ ਜੇ ਅੱਜ ਦੀ ਗੱਲ ਕਰੀਏ ਬਿਲਕੁਲ 80 ਦੀ ਦੇ ਦਈਏ 80 ਦੀ ਵਿੱਚੋਂ ਕਿੰਨੇ ਛੱਡ ਦੋਗੇ ਮੈਂ ਤਾਂ ਨਾ ਜ਼ਿਆਦਾ ਛਡਾਇਆ ਕਰਾਂ ਆਪ ਹੀ ਛੱਡ ਦੋ ਕਿੰਨੇ ਛੱਡ ਦੋਗੇ ਚਲੋ 75 ਦੀ ਹਾਂ ਨਾ ਹੋ ਗਈ ਚਲੋ 70 ਚ ਤਿੰਨ ਛੱਡ ਦਿਓ ਫਿਰ ਸਵੇਰ ਦਾ ਕੁਛ ਨੀ ਹੁੰਦਾ ਪਰਸੋਂ ਵੀਡੀਓ ਪਾਈ ਦੇ ਘੰਟੇ ਤੋਂ ਪਹਿਲਾਂ ਮਾਲ ਵਿਕ ਗਿਆ ਹਾਂਜੀ ਹਾਂਜੀ ਮਾਲ ਭਾਅ ਵੀ ਚੰਗਾ ਸੀ ਤੇ ਮਾਲ ਵੀ ਸਾਰਾ ਸਾਫ਼ ਸੀ ਤੁਹਾਨੂੰ ਪਤਾ ਚੀਜ਼ ਅੱਜ ਅੱਧੇ ਘੰਟੇ ਜੀ ਵੇਚਣਾ ਵਾ ਚਲੋ ਠੀਕ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਚਲੋ ਚੰਗੀ ਸਾਂਭੀ ਸੁੰਭੀ ਮੱਝ ਹੈ ਪਿਓਰ ਮੋਰਾ ਕੋਈ ਕਿ ਬਲੈਕ ਵਾਲ ਹੈਗਾ ਨਹੀਂ ਚਿੱਟਾ ਕੋਈ ਤੇ ਵੇਖੋ ਲੋਹੀ ਮੱਝ ਹੈ ਜਿਹੜੀ ਲੋਹੀ ਜੋ ਹਾਂਜੀ ਚੰਗੀ ਭਰਨੀ ਹੈ ਸਫਾਈ ਚ ਥੱਲੇ ਵੇਖੋ ਮੈਂ ਗਾੜ ਵੀ ਗਾਣ ਵੀ ਚੰਗੀ ਭਰਨਦੀ ਆ ਪਿੱਛੇ ਨੂੰ ਬੜੀ ਨਿਕਲਣੀ ਹੈ ਤੇ ਕਿੰਨੇ ਕੁ ਦੁੱਧ ਵਾਲੀ ਜੇ ਦੁੱਧ ਇਹਦੇ 13 14 ਕਿਲੋ ਚੁੰਦੇ ਦੇ ਘਰ ਵਾਲੇ ਠੀਕ ਆ ਹਾਂਜੀ ਤੇ ਬਾਕੀ ਹੁਣ ਗੱਭਣਾ ਨੇ ਵੀਰ ਕੋਈ ਵੀ ਆਪਣੇ ਅੰਦਾਜ਼ੇ ਨਾਲ ਮਾਰ ਆਪਣੇ ਅੰਦਾਜ਼ੇ ਨਾਲ ਨਾ ਆਪਣੀ ਸਮਝ ਨਾਲ ਵੇਖੇ ਆਪਾਂ ਗੜੀਆਂ ਚੋਗ ਵੇਖੀਆਂ ਪਿਛਲੇ ਘਰ ਦੇ ਹਿਸਾਬ ਨਾਲ ਹੀ ਆਣਾ ਹਾਂਜੀ ਹਾਂਜੀ ਤੇ ਕੋਈ ਕਿਲੋ ਵੱਧ ਮੰਨ ਲੈ ਜਾਂ ਘੱਟ ਮੰਨ ਲੈ ਠੀਕ ਆ ਹਾਂਜੀ ਤੋਰੀਏ ਫਿਰ ਇਹਨੂੰ ਬਾਕੀ ਮੈਂ ਤਾਂ ਇਹ ਵੀ ਵਜਨ ਬਹੁਤ ਆ ਹਾਂਜੀ ਹਾਂਜੀ ਵੀ ਇੰਨਾ ਆਰਾਮ ਨਾਲ ਬਰਾਂ ਤੇ ਸਾਂਭੀ ਸਾਂਭੀ ਚੰਗੀ ਆ ਹਾਂਜੀ ਹਾਂਜੀ ਬਾਕੀ ਸਿੰਘ ਨੇ ਥੋੜਾ ਜਿਹਾ ਪਛਾਣੂ ਕਰਕੇ ਮੋੜਿਆ ਵਾ ਹਾਂਜੀ ਖੁੱਲਾ ਥੋੜਾ ਸਿੰਘ ਤੇ ਇਹ ਕਿ ਸਰੀਰੋਂ ਭਾਰੀ ਆ ਤੇ ਜਿੱਦਣ ਥੱਲਿਓਂ ਭਰੀ ਤੇ ਚੰਗੀ ਭਰਨੀ ਆ ਅਜੇ ਹਵਾਨੇ ਚ ਢਿੱਲਾਂ ਜਿਹੜੀਆਂ ਕਾਫੀ ਆ ਤੇ ਇਹ ਕਿੰਨੇ ਦੀ ਹੋ ਜੂਗੀ ਫਿਰ ਹਾਂਜੀ ਹਾਂਜੀ ਜੇ ਅੱਜ ਫਿਰ ਗੱਲ ਕਰ ਦੀ ਦੀ ਆ ਤੇ ਆਪੇ ਫਿਰ ਜੇ ਅੱਜ ਹੀ ਕਰੋ ਤੁਸੀਂ ਵੀ ਦੇ ਦਈਏ ਫਿਰ 80 ਕਿ 80 ਦੀ ਨਾ ਦਈਏ ਆਪ ਹੀ ਕਰੋ ਜਿੰਨੇ ਦੀ ਕਰਨੀ ਚਲ 5,000 ਛੱਡ ਦਿੰਨੇ ਅੱਛਾ 75 ਦੀ ਇਹ ਵੀ ਇੱਕੋ ਗੱਲ ਕਰੀਏ ਤੇ ਵਿੱਚ ਨਾਲ ਹੀ ਗੱਲ ਕਰੀਏ ਇਹਦਾ ਵੀ 3 ਹੀ ਛੱਡੀਏ 70 ਚੋਂ 67 ਦੀ ਜਾਨ ਦੇ ਜੀ ਮਾਲ ਮਿਲਦਾ ਬੜਾ ਰੇਟ ਬਾਹਰ ਉੱਚਾ ਆਇਆ ਜੋ ਚਲੋ ਕੋਈ ਗੱਲ ਨਹੀਂ ਮੈਂ ਤਾਂ ਵੇਖੋ ਵਜਨ ਕਿੰਨਾ 12 13 ਕਿਲੋ ਮੈਂ ਨੇ ਦੁੱਧ ਭਰਨਾ ਜੋ ਉਹ ਤੇ ਚਲੋ ਹਾਂਜੀ ਉਹ ਤੇ ਹੈਗਾ ਹੀ ਆ ਤੇ ਜੋੜਾ ਹੀ ਦਈਏ ਰਲਾ ਮਰਲਾ ਕੇ ਚਲੋ ਠੀਕ ਕਿੰਨੇ ਦਾ ਦੇ ਦਈਏ ਜੋੜਾ ਜੋੜਾ 1 34 ਦਾ ਬਣਦਿਆ ਵਾ
ਚਲੋ ਜੇ ਤੁਸੀਂ ਆਖਤਾ ਤਾਂ ਪੂਰਾ 30 ਦਾ, ਇੱਕ 30 ਦਾ ਜੋੜਾ ਹੀ ਦੇ ਦਈਏ, ਫਿਰ ਜ਼ਿਆਦਾ ਪੈਸੇ ਘੱਟ ਜਾਣਾ ਜੋ ਆਪਣਾ ਨੁਕਸਾਨ ਹੋ ਜਾਣਾ। ਨਹੀਂ ਨਹੀਂ ਤੁਹਾਡਾ ਨਹੀਂ ਹੁੰਦਾ, ਤੁਸੀਂ ਮਿਲਦੀਆਂ ਬਾਹਰੋਂ ਬਥੇਰੀਆਂ, 65 ਦੀ ਗਿਣਤੀ ਕਰਤੀ ਇਹਦੇ, ਬਥੇਰੀਆਂ ਥੱਲੇ ਲਈਆਂ ਹੁੰਦੀਆਂ ਤੁਸੀਂ ਵੀ, ਨਹੀਂ ਮਿਲਦੀਆਂ ਨੀ ਜੋ ਬਾਹਰੋਂ। ਨਹੀਂ ਕੋਈ ਗੱਲ ਨੀ, ਜਾਣ ਦੋ ਕਿਸੇ ਵੀ ਇੰਨੇ, ਚਲੋ ਸਾਂਭਣੀਆਂ ਜਾ ਕੇ ਤੇ ਕੋਈ ਕਿਰਾਇਆ ਭਾੜਾ ਵੀ ਕਿਸੇ ਨੂੰ ਪੈਣਾ ਵਾ, ਇੱਕ 30 ਦਾ ਹੀ ਜੋੜਾ ਜਾਣ ਦੋ, 65-65 ਦੇ ਹਿਸਾਬ ਨਾਲ ਹੋ ਜੂਗੀਆਂ। ਚਲੋ ਮੈਂ ਦੱਸਣਾ, ਚਲੋ 34 ਤੁਸੀਂ ਬਣਾਉਣ ਡਿਆ, ਪਹਿਲਾਂ 34 ਇੱਕ 34 ਦੀਆਂ ਕਰ ਦਿਓ, ਠੀਕ ਹੈ। ਨਹੀਂ ਪੂਰੇ ਇੱਕ 30 ਦੀਆਂ ਜਾਂਦੀ ਹੈ ਬਸ, ਹੁਣ ਕੋਈ ਵੀਰ ਨੁਕਸਾਨ ਹੋ ਜਾਣਾ ਸਾਡਾ ਆਪਣਾ, ਗਾਹ ਤੇ ਰੁਪਈਏ ਖਰਚੇ ਨੇ ਤੇ, ਕੋਈ ਨਹੀਂ ਬਥੇਰੀਆਂ ਥੱਲੇ ਲਈਆਂ ਵਾ ਤੁਸੀਂ ਵੀ। ਚਲੋ ਠੀਕ ਹੈ, ਜੇ ਤੁਸੀਂ ਆਸਤਾ ਤੇ ਕੋਈ ਗੱਲ ਨਹੀਂ, ਠੀਕ ਹੈ। ਹਾਂਜੀ, ਤੇ ਹੁਣ ਇੱਕ ਆ ਵੀ ਸੂਈ ਸਵਾਈ ਹੈਗਾ, ਕਿੰਨਾ ਜੇ ਤੇ ਕੋਲ ਦੁੱਧ ਤਿਆਰ, ਕੋਈ ਦੁੱਧ 10 ਕਿਲੋ ਜੋ। ਅੱਛਾ, ਹਾਂਜੀ। ਤੇ ਮਗਰ ਵੱਛੀ, ਮਗਰ ਵੱਛੀ ਜੋ, ਹਾਂਜੀ ਠੀਕ ਹੈ। ਤੇ ਇਹਦਾ ਸਰੂ ਥੋੜਾ ਜਿਹਾ ਟੇਢਾ ਲੱਗਾ ਹੈ ਨਾ, ਉਹ ਧਾਰ ਸਿੱਧੀ ਆ ਤੇ ਸਰੂ ਟੇਢਾ ਵਾ, ਹਾਂਜੀ ਹਾਂਜੀ, ਥੋੜਾ ਜਿਹਾ ਤਾਂ ਕਰਕੇ ਜਿਹੜਾ ਥਣ ਦਾ ਛੇਕ ਆ ਬਰਾਬਰ ਦੀ ਆ, ਤੋਰੋ ਹਾਂ ਫਿਰ ਇੱਕ ਦੀ, ਇਹ ਮਗਰਲੇ ਇੱਕ ਥਣ ਦੇ ਦਾ ਤਾਂ ਕਰਕੇ ਛੇਕ ਆ, ਕਿੰਨਾ ਜੇ ਤੇ ਕੋਲ ਦੁੱਧ, ਇਹਦੇ ਕੋਲ ਦੁੱਧ 10 ਕਿਲੋ ਜੋ ਵੀ ਹੈਗਾ, ਪੱਕਾ ਦੁੱਧ 10 ਲੀਟਰ, ਪੱਕਾ ਦੋ ਡੰਗ ਕੋ ਚੋਲ ਖੜੇ ਦੇ, ਠੀਕ ਹੈ ਹਾਂਜੀ। ਹਾਂ ਦੇਖ ਸਕਦੇ ਪਿੱਛੇ ਵੀ ਹਵਾਨਾ ਇਹਦਾ, ਤੇ ਆਹ ਵੱਛੀ ਹੈ ਜਿਹੜੀ ਇਹਦੀ, ਤਾਜ਼ੀ ਵੱਛੀ ਹੈ ਜੀ, ਬਹੁਤੇ ਦਿਨਾਂ ਦੀ ਨਹੀਂ ਹੈ। ਤੇ ਉਸ ਤਰ੍ਹਾਂ ਕਿੰਨਾ ਕੁ ਦੁੱਧ ਦੇ ਕਰੀ ਜਾਊਗੀ, 2 ਕਿਲੋ ਦੇ ਆਰਾਮ ਨਾਲ ਵੱਧ ਜਾਏਗੀ ਜੇ ਕਬੀਰ ਸੇਵਾ ਕਰੂ, ਤੇ ਨਹੀਂ ਤਾਂ ਜਿੰਨਾ ਹੈਗਾ ਫਿਰ ਇੰਨਾ ਦੇ ਹੈਗਾ ਹੀ ਆ, ਠੀਕ ਹੈ ਹਾਂਜੀ। ਤੇ ਇਹਦਾ ਮੁੱਲ ਫਿਰ, ਮੁੱਲ 28 ਦੀਆਂ ਦੇ ਦਈਏ, 28,000 ਦੀ, ਜੇ ਅੱਜ ਵੀ ਦਈਏ 2,000 ਛੱਡ ਦਿੰਦੇ, ਚਲੋ 2,000 ਹੋਰ ਛੱਡ ਦੇ ਫਿਰ, ਪੂਰੇ ਆਪਣੀਆਂ ਪਾਸ ਕਰਕੇ ਵੇਚ ਚਾਹ ਕੇ, ਠੀਕ ਹੈ ਜੀ, ਠੀਕ ਹੈ। ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਕਰੋ ਜੀ।